ਸਤਿ ਸ੍ਰੀ ਅਕਾਲ ਜੀ। ਆਪਣੇ ਵੀਰ ਨੇ ਗਾਲ ਕੱਢੀ ਇੱਕ ਤੇ ਫਿਰ ਨਾਲੇ ਚੋਰ ਕਿਹਾ, ਅਤੇ ਦੂਜੇ ਨੰਬਰ 'ਤੇ ਫਿਰ ਕਿਹਾ ਕੁੰਡੀ ਲਾਉਂਦਾ। ਪਹਿਲੇ ਨੰਬਰ 'ਤੇ ਅਤੇ ਭਾਅ ਜੀ ਤੁਸੀਂ ਮੇਰੇ ਨਾਲ ਕੰਮ ਨਹੀਂ ਕਰਦੇ, ਅਤੇ ਨਾ ਹੀ ਤੁਸੀਂ ਮੈਨੂੰ ਲੱਗਦਾ ਵੀ ਕਦੀ ਕਰਨਾ। ਅਤੇ ਗੱਲ ਇਹ ਆ ਵੀ ਜਿਹੜੇ ਹੁੰਦੇ ਨਾ ਕੋਂਟਰੈਕਟ, ਉਹ ਕੋਈ ਵੀ ਨਹੀਂ ਕਮਿਸ਼ਨ ਤੁਹਾਨੂੰ ਕਨਫਰਮੇਸ਼ਨ ਭੇਜਦਾ। ਜਿਹੜੇ ਪੱਕੇ ਲੋਡ ਹੁੰਦੇ ਨਾ, ਬੰਦਾ ਨਹੀਂ ਚਾਹੁੰਦਾ ਵੀ ਮੇਰੀ ਇਨਫੋਰਮੇਸ਼ਨ ਜਾਵੇ, ਬ੍ਰੋਕਰ ਕਿਹੜੇ ਕੋਲੋਂ ਲਏ ਆ। ਵੀ ਅੱਗੇ ਦਸ ਦਿੰਦੇ ਆ ਲੋਕ, ਫਿਰ ਬੈੱਡ ਲੋ ਕਰਕੇ ਅਤੇ ਲੈ ਲੈਂਦੇ ਹੈ ਨਾ, ਇਸ ਕਰਕੇ ਉਹ ਸਿਕਿਉਰਿਟੀ ਆ, ਇਹਦੇ 'ਚ ਕੋਈ ਸ਼ੱਕ ਨਹੀਂ। ਹਾਂ, ਅਤੇ ਇਹ ਆ ਵੀ ਮੇਰੇ ਕੋਲ ਉਹ ਹੀ ਲੋਡ ਨਹੀਂ ਗੇ, ਦੂਜੇ ਵੀ ਲੋਡ ਆ ਜਿਹੜੇ ਮੈਂ ਲੱਭਦਾ ਵੀ ਆਪਾਂ ਜਿਹੜੇ ਰੋਜ਼ ਬੋਰਡ ਤੋਂ ਲੱਭ ਕੇ ਦੇਣੇ ਆ, ਠੀਕ ਹੈ। ਉਹ ਜੇ ਕੰਮ ਕਰਨਾ ਕਿਸੇ ਨੇ ਵੀ, ਤਾਂ ਮੈਂ ਉਹ ਕਨਫਰਮੇਸ਼ਨ ਤੁਹਾਨੂੰ ਭੇਜੂੰਗਾ ਅੱਗੇ। ਜਿਹੜੇ ਮੇਰੇ ਪੱਕੇ ਲੋਡ ਵਾ, ਇਹ ਨਹੀਂ ਵੀ ਮੈਂ ਕੁੰਡੀ ਲਾਉਣੀ ਆ ਉਹਦੇ 'ਚੋਂ, ਉਹ ਮੈਂ ਇਨਫੋਰਮੇਸ਼ਨ ਨਹੀਂ ਦੇਣੀ ਆਪਣੇ ਬ੍ਰੋਕਰ 'ਚ, ਠੀਕ ਆ। ਅਤੇ ਗੱਲ ਇਹ ਆ, ਕੁੰਡੀ ਦਾ ਮਤਲਬ ਤਾਂ ਇਹ ਆ ਵੀ ਵਿੱਚੋਂ ਪੈਸੇ ਰੱਖ ਲਏ ਆ ਜਾਂ ਕੁਝ ਤੁਹਾਨੂੰ ਘੱਟ ਦਿੱਤੇ। ਮੈਂ ਤੁਹਾਨੂੰ ਰੇਟ ਪਹਿਲਾਂ ਦੱਸਤਾ, ਪੱਕਾ ਹੀ ਰੇਟ ਆ ਉਹ, ਸਾਲ ਹੋ ਗਿਆ ਉਹ ਰੇਟ ਪੱਕਾ ਹੀ, ਉਹ ਨਹੀਂ ਰੇਟ ਬਦਲਣਾ, ਠੀਕ ਹੈ। ਉਹ ਹੀ ਰੇਟ ਚੱਲੀ ਜਾਂਦਾ, ਜੇ ਤੈਨੂੰ ਚੰਗਾ ਲੱਗਾ ਚੱਕ ਲਓ, ਨਹੀਂ ਤਾਂ ਨਾ ਚੱਕੋ। ਉਹ ਚੋਰੀ ਵਾਲਾ ਤਾਂ ਕੰਮ ਹੀ ਨਹੀਂ ਹੈਗਾ, ਤੁਸੀਂ ਦੂਜੇ ਲੋਡ ਚੱਕ ਲਓ ਜਿੰਨੇ ਹੈਣਾ, ਜਿਹੜੇ ਆਪਾਂ ਬੋਰਡ ਤੋਂ ਲੱਭਣੇ ਆ, ਤਾਂ ਉਹਦੀ ਕਨਫਰਮੇਸ਼ਨ ਵੀ ਤੁਹਾਨੂੰ ਮਿਲ ਜਾਣੀ ਆ। ਅਤੇ ਕੋਈ ਚੋਰੀ ਵਾਲੀ ਗੱਲ ਨਹੀਂ। ਅਤੇ ਬਾਕੀ ਜੇ ਤੁਸੀਂ ਗੱਲ ਕੋਈ ਕਹਿਣੀ ਹੁੰਦੀ ਆ, ਥੋੜ੍ਹੀ ਵਧੀਆ ਤਰ੍ਹਾਂ ਕੀਤੀ ਜਾ ਸਕਦੀ ਆ, ਗਾਲ ਕੱਢਣ ਨਾਲੋਂ ਕਿਸੇ ਨੂੰ ਜੱਜ ਕਰਨ ਦੇ ਨਾਲ, ਠੀਕ ਆ। ਅਤੇ ਆਹ ਬਾਹਲਾ ਵਧੀਆ ਤਰੀਕਾ ਨਹੀਂ ਸੀ ਵੈਸੇ, ਪਰ ਮੈਂ ਕਿਹਾ ਵੀ ਥੋੜ੍ਹਾ ਐਕਸਪਲੇਨ ਕਰਦਾ, ਬਹੁਤ ਲੋਕਾਂ 'ਤੇ ਕੁਐਸਚਨ ਹੋਣੇ, ਜੈਨੂਅਨਲੀ ਲੋਕ ਸੋਚਦੇ ਆ ਐਵੇਂ। ਅਤੇ ਬਾਕੀ ਕਨਫਰਮੇਸ਼ਨ ਕੋਈ ਮਾਇਨੇ ਨਹੀਂ ਰੱਖਦੀ, ਜਿਵੇਂ ਦੇ ਸੋਫਟਵੇਅਰ ਉਹਨਾਂ ਕੋਲ ਆ ਉਵੇਂ ਦੀ ਆਪਣੇ ਕੋਲ ਆ, ਕਨਫਰਮੇਸ਼ਨ ਮੈਂ ਬਣਾ ਦਿੰਦਾ। ਜਿਵੇਂ ਕੁੰਡੀ ਲਾਉਣੀ ਹੋਵੇ, ਫਿਰ ਮੈਂ ਕਹੂੰਗਾ ਹਾਂ ਭੇਜ ਦੇਣੀ ਹੈ, ਮੈਂ ਕਨਫਰਮੇਸ਼ਨ ਮੈਂ ਬਣਾ ਕੇ ਭੇਜ ਦੂੰ। ਗੱਲ ਇਹ ਵੀ ਮੈਂ ਕੁੰਡੀ ਨਹੀਂ ਲਾਉਣੀ, ਤਾਂ ਮੈਂ ਤੈਨੂੰ ਸੱਚ ਦੱਸ ਰਿਹਾ। ਜੇ ਮੈਂ ਕੁੰਡੀ ਲਾਉਣੀ ਆ ਤਾਂ ਕਨਫਰਮੇਸ਼ਨ ਬਣਾਉਣੀ ਕੋਈ ਵੱਡੀ ਗੱਲ ਨਹੀਂ, ਕੋਈ ਵੱਡੀ ਗੱਲ ਨਹੀਂ ਗੀ ਕਨਫਰਮੇਸ਼ਨ ਬਣਾਉਣੀ, ਠੀਕ ਹੈ ਨਾ। ਅਤੇ ਮੈਂ ਕੁੰਡੀ ਨਹੀਂ ਲਾਉਣੀ, ਤਾਂ ਹੀ ਮੈਂ ਕਿਹਾ ਵੀ ਕਨਫਰਮੇਸ਼ਨ ਨਹੀਂ ਭੇਜ ਸਕਦਾ। ਕਨਫਰਮੇਸ਼ਨ ਮੈਂ ਇੱਥੇ ਕਿਸੇ ਕੰਪਨੀ ਦਾ ਨਾਂ ਲਿਖਦਾ ਅਤੇ ਪੈਸੇ ਲਿਖਦਾ ਉਹਦੇ 'ਤੇ, ਉਹ ਕਿਹੜੀ ਗੱਲ ਹੈ।